ਸਿਰਮੌਰ ਪੰਜਾਬੀਆਂ ਨੂੰ ਆਤਮ ਨਿਰਭਰ ਰਹਿਣਾ ਵਿਰਸੇ ਵਿੱਚ ਮਿਲਿਆ ਹੈ। ਭਾਵੇਂ ਉਹ ਆਰਥਿਕ ਪੱਖ ਹੋਵੇ, ਉਦਯੋਗਿਕ ਤੇ ਚਾਹੇ ਬਿਜਲੀ, ਪੰਜਾਬ ਨੂੰ ਬਿਜਲੀ ਸਰਪਲਸ ਸੂਬੇ ਦਾ ਦਰਜਾ ਮਿਲਿਆ ਅਤੇ ਰਾਜਪੁਰਾ ਥਰਮਲ ਪਲਾਂਟ ਇਸੇ ਲੜੀ ਦੀ ਇੱਕ ਵੱਡੀ ਪ੍ਰਾਪਤੀ ਹੈ। ਰਾਜਪੁਰਾ ਦੇ ਨੇੜਲੇ ਪਿੰਡ ਨਲਾਸ ਵਿੱਚ ਬਣਿਆ ਇਹ ਥਰਮਲ ਪਲਾਂਟ 1078.16 ਏਕੜ ਜਗ੍ਹਾ ਵਿੱਚ ਫੈਲਿਆ ਹੋਇਆ ਹੈ। 9600 ਕਰੋੜ ਦੀ ਵੱਡੀ ਰਕਮ ਖਰਚ ਕਰਕੇ 9 ਲੱਖ ਟਨ ਕੋਲੇ ਦੀ ਸਟੋਰ ਸਮਰਥਾ ਨਾਲ ਭਰਪੂਰ ਇਸ ਪਲਾਂਟ ਨੂੰ ਕੁੱਲ 1400 ਮੈਗਾਵਾਟ ਬਿਜਲੀ ਉਤਪਾਦਨ ਲਈ ਡਿਜ਼ਾਈਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਰੋਸ਼ਨ ਭਵਿੱਖ ਨੂੰ ਸੁਰੱਖਿਅਤ ਕਰ ਦਿੱਤਾ ਹੈ ਅਤੇ ਆਪਣੇ ਵਾਅਦੇ ਪੂਰੇ ਕਰਨ ਲਈ ਅਕਾਲੀ ਭਾਜਪਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।